ਪੰਜਾਬ ਦੇ ਨਵੇਂ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਲੋਂ ਚੰਡੀਗੜ੍ਹ 'ਚ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਕਾਲੀ ਬੀਜੇਪੀ ਗੱਠਜੋੜ ਨੂੰ ਲੈ ਕੇ ਕੀ ਕਿਹਾ, ਤੁਸੀਂ ਖੁਦ ਹੀ ਸੁਣੋ। ਐਸਾ ਹੈ ਕਿ ਪਹਿਲੇ ਵੀ ਆਪ ਅਗਰ ਨਜ਼ਰ ਡਾਲੋ ਤੋ ਇਹ ਜੋ ਹਮਾਰਾ ਗਠਬੰਧਨ ਅਕਾਲੀ ਦਲ ਕੇ ਸਾਥ ਹੈ, ਇਹ ਸਟੇਟ ਟੂ ਸਟੇਟ ਹੋਤਾ ਹੈ। ਹਰਿਆਣਾ ਕੇ ਅੰਦਰ ਵੋ ਅਲੱਗ ਲੜੇ, ਅੱਛੀ ਬਾਤ ਹੈ, ਦਿੱਲੀ ਕੇ ਅੰਦਰ ਹੁਆ, ਲੇਕਿਨ ਪੰਜਾਬ ਕੇ ਅੰਦਰ ਭਾਰਤੀਯ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾ ਗਠਬੰਧਨ ਹੈ। 2022 ਮੇਂ ਰਹੇਗਾ, ਮੈਂ ਗਠਬੰਧਨ ਹੈ, ਮੈਂ ਇਹ ਬੋਲ ਰਹਾ ਹੂੰ, ਗਠਬੰਧਨ ਹੈ। ਤੋ ਇਸਮੇ 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 ਨਹੀਂ, ਮੇਰੇ ਮੂੰਹ ਮੇਂ ਸ਼ਬਦ ਨਹੀਂ ਡਾਲਨਾ, ਮੈਂ ਜਿਤਨੀ ਬਾਤ ਆਪਨੇ ਪੁੱਛੀ ਮੈਂ ਉਤਨਾ ਕਹਿ ਰਹਾ ਹੂੰ, ਇਸਕੋ ਘੁਮਾਨੇ ਕੀ ਵੀ ਜ਼ਰੂਰਤ ਨਹੀਂ ਹੈ। ਇਹ ਗਠਬੰਧਨ ਸਮਾਜਿਕ ਗਠਬੰਧਨ ਹੈ ਔਰ ਇਹ ਗਠਬੰਧਨ ਪੰਜਾਬ ਕੇ ਅਮਨ ਸ਼ਾਂਤੀ ਔਰ ਖੁਸ਼ਹਾਲੀ ਕਾ ਗਠਬੰਧਨ ਹੈ ਔਰ ਪੰਜਾਬ ਮੇਂ ਹਮਾਰਾ ਗਠਬੰਧਨ ਹੈ। ਲੇਕਿਨ ਦੋਨੋਂ ਪਾਰਟੀਓਂ ਕੋ ਆਪਣੀ ਆਪਣੀ ਪਾਰਟੀ ਕੋ ਬੜਾਨੇ ਕਾ ਆਪਣੀ ਆਪਣੀ ਪਾਰਟੀ ਕਾ ਵਿਸਤਾਰ ਕਰਨੇ ਕਾ ਸਟਰੈਂਥ ਦੇਨੇ ਕਾ ਪੂਰਨ ਅਧਿਕਾਰ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਬੀਜੇਪੀ ਦਾ ਸੀਏ ਨੂੰ ਲੈ ਕੇ ਸਟੈਂਡ ਪੂਰੀ ਤਰ੍ਹਾਂ ਨਾਲ ਕਲੀਅਰ ਹੈ। ਭਾਰਤੀ ਜਨਤਾ ਪਾਰਟੀ ਕਾ ਸਟੈਂਡ ਬਿਲਕੁਲ ਸਾਫ਼ ਹੈ ਕਿ ਸੀਏ ਦੇਸ਼ ਕੇ ਹਿੱਤ ਕਾ ਨਿਰਣੇ ਹੈ ਔਰ ਅਭੀ ਮੁਝੇ ਆਜ ਹੀ ਪਤਾ ਚਲਾ ਸਿੰਧ ਪ੍ਰਾਂਤ ਕੇ ਅੰਦਰ ਜਿਸ ਪ੍ਰਕਾਰ ਮੰਦਿਰੋਂ ਕੋ ਤੋੜਾ ਗਿਆ ਤੋ ਸਬਕੀ ਧਰਮ ਪਰਿਵਰਤਨ ਜ਼ਬਰਦਸਤ ਹੋ ਰਹੇ ਹੈ, ਹਿੰਦੂ ਬੇਟੀਓ ਕੇ ਸਿੱਖ ਬੇਟੀਓ ਕੇ। ਮੁਝੇ ਲਗਤਾ ਹੈ ਕਿ ਕਾਂਗਰਸ ਔਰ ਵਾਮਪੰਥੀ ਔਰ ਅਨੇ ਦਲੋਂ ਕੀ ਆਂਖੇ ਖੁੱਲਣੀ ਚਾਹੀਏ ਔਰ ਉਨਕੋ ਸਮਝ ਆਨਾ ਚਾਹੀਏ ਕਿ ਇਹ ਜੋ ਕਾਨੂੰਨ ਸੰਸ਼ੋਧਨ ਬਿੱਲ ਪਾਸ ਕਰਨੇ ਕੀ ਜ਼ਰੂਰਤ ਕਿਉਂ ਮਹਿਸੂਸ ਹੈ। ਦੱਸਦੇ ਕਿ ਦਿੱਲੀ ਦੇ ਵਿੱਚ ਬੀਜੇਪੀ ਦੇ ਨਾਲ ਨਾਤਾ ਤੋੜਦੇ ਹੋਏ ਅਕਾਲੀਆਂ ਨੇ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਅਕਾਲੀ ਬੀਜੇਪੀ ਦਾ ਗੱਠਜੋੜ ਟੁੱਟਣ ਨੂੰ ਲੈ ਕੇ ਸਿਆਸੀ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ। ਹਾਲਾਂਕਿ ਇਸ ਦਾ ਭਵਿੱਖ ਕੀ ਹੋਵੇਗਾ ਇਹ ਤਾਂ ਬੀਜੇਪੀ ਤੇ ਅਕਾਲੀ ਦਲ ਹੀ ਤੈਅ ਕਰੇਗਾ, ਪਰ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਨੂੰ ਲੈ ਕੇ ਚਰਚਾ ਜ਼ਰੂਰ ਛਿੜ ਚੁੱਕੀ ਹੈ। ਚੰਡੀਗੜ੍ਹ ਤੋਂ ਰਵਿੰਦਰ ਸਿੰਘ, ਦੈਨਿਕ ਸਵਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।